अस्सलामुअलैकुम दोस्तों, क्या हाल चाल हैं जी। मैं मोहम्मद शाहद, उम्मीद है कि सब भाई खैरियत से होंगे। अल्लाह पाक सबको खुश रखे जी, शादाब रखे। शाह मोहम्मद आज चोलिस्तान के अंदर गए हैं, बशीर बलोच के रेवड़ का इंटरव्यू है छोटा सा, वो भी एंड तक वाच कर लें इंशाल्लाह, आपको मज़ा भी आएगा माल देख के। और बशीर बलोच की जो ज़बानी आप इनकी बातचीत सुने कि उनका माल कैसा है और वो कैसे बेचते हैं, और माल भी साथ साथ चेक करें ज़रा। वीडियो को एंड तक वाच लाजमी करें। अस्सलामुअलैकुम। वालेकुम सलाम। सुनाओ भाई, क्या हाल है जी? ठीक ठाक भाई जान। की हाल है आपका? अपना नाम की है जी? मेरा नाम बशीर बलोच। केड़ी जगह ते रहंदे हो जी? तिन के जाने नावस्त बलोचा। आज गाय तेरे को किन्नी है भाई जान? आज गाय मेरे को जी सात गाय है। सात गाय है? हां जी। बेचना सुई होन सुवन वाली है जी? तीन सुई होन चार सुवन वाली। अच्छा। आज पहले खड़ी है? अच्छा। दो गाय दुआ दुआ सुवन ने गा त्रिया सुवन। अच्छा। तैयार है? कितने कितने देर लाइन दी है? 10 10 15 15 देर लाइन दी है। अच्छा। ਗਾਈ ਘਰੇ ਤੇਰੇ ਕਿੰਨੀਆਂ ਖੜੀਆਂ ਨੇ ਵੇਚਣ ਵਾਲੀਆਂ? ਘਰੇ ਗਾਈ ਤਰੇ ਖੜੀਆਂ ਜੀ। ਤਰੇ ਖੜੀਆਂ ਖੜੀਆਂ ਨੇ, ਇੱਕ ਬੱਚਾ ਦਿੱਤਾ, ਦੋ ਗਾਈ ਨੇ ਬੱਚੀਆਂ। ਅੱਛਾ। ਦੋ ਪਹਿਲਣਾ ਨੇ, ਗਾਂ ਦੂਆ ਸੂਆ। ਅੱਛਾ। ਇੱਥੇ ਜਿਹੜੀਆਂ ਨੇ ਸੂਣ ਵਾਲੀ, ਆ ਪਹਿਲਣ ਵੈੜ ਸੂਣ ਵਾਲੀ? ਹਾਂਜੀ ਪਹਿਲਣ ਜੀ। ਅੱਛਾ। ਗਾਂ ਦੂਆ ਸੂਆ ਹੈ। ਸਫੈਦ ਦੂਸਰਾ ਹੈ? ਹਾਂਜੀ। ਆ ਵਿਚਲੀ ਨਾਰੀ ਗਾਂ? ਇਹ ਤੀਸਰਾ ਹੈ। ਅੱਛਾ। ਆ ਜਿਹੜੀ ਪੀਲੀ ਗਾਂ ਹੈ? ਇਹ ਤਰੀਆ ਜਾਨ। ਇਹ ਵੀ ਤਰੀਆ ਸੂਣ ਵਾਲੀ। ਇਹਨਾਂ ਦੁੱਧ ਦੀ ਐਵਰੇਜ ਕੀ ਹੈ ਗਾਵਾਂ? ਇਹਨਾਂ ਦੁੱਧ ਦੀ ਐਵਰੇਜ ਕੀ ਹੁੰਦੀ ਹੈ ਗਾਂ ਦੀ ਤਕਰੀਬਨ? ਤਕਰੀਬਨ ਆਪਣੀ ਗਾਂ ਬੰਦੇ ਆਦੇ ਜਾਂ ਚੋਲ ਲੀਟਰ ਗਾਂ ਦਾ ਆਪਾਂ ਗਾਰੰਟੀ ਨਾਲ ਜਿੰਦਾ ਦਿਲ ਕਰਿਆ ਤੇ ਕਰੇ ਆਪਣਾ ਐਲਾਨ ਹੈ ਵੀ ਗਾਂ ਚੋਲ ਦਾ ਦੋ ਲੰਗ ਇੱਥੇ ਤਿੰਨ ਦਾ ਗਾਂ ਦੇ ਚੋਲ ਹੈ? ਚਾਰ ਦੇ ਚੋਲ। ਅੱਛਾ। ਹਾਂਜੀ। ਕੋਈ ਥਣਾ ਦੇ ਚ ਮਸਲਾ ਵਾਧੇ ਘਾਟੇ ਦਾ ਆਪਾਂ ਜ਼ਿੰਮੇਵਾਰ ਹੋਵਾਂਗੇ? ਪਿੱਛਾ ਮਾਰੇ ਚੁੱਗੇ ਗਾਂ, ਕੋਈ ਥਣਾ ਦਾ ਮਸਲਾ ਹੋਵੇ, ਕੋਈ ਫੁਆਰਾ ਗਾਂ ਕਰਦੀ ਹੋਵੇ ਤਾਂ ਹੀ ਜ਼ਿੰਮੇਵਾਰ, ਲੋਕਲ ਗਾਂ ਹੋਵੇ ਤਾਂ ਹੀ ਜ਼ਿੰਮੇਵਾਰ। ਅੱਛਾ। ਬੰਦੇ ਆਦੇ ਜਾਂ ਦੁੱਧ 12 13 ਲੀਟਰ ਤੋਂ ਚੋਲਸਤਾ ਨਹੀਂ ਗਾਂ ਵੱਧਦੀ ਨਹੀਂਗੀ ਦੁੱਧ ਤੋਂ? ਬੰਦਾ ਗਾਈ ਆਪਣੀਆਂ ਦਾ ਖਰੀਦਦਾਰ ਬਣੇ, ਦੋ ਟਾਈਮ ਗਾਈ ਤਿੰਨ ਟਾਈਮ ਚੁਆਈ ਕਰਾ ਸਕਦੇ। ਰੇਟ ਕਿਹੜੇ ਵਾਲੀਆਂ ਨੇ ਗਾਈ ਤੇਰੀਆਂ ਤਕਰੀਬਨ? ਤਕਰੀਬਨ ਆਪਣੇ ਕੋਲ ਗਾਂ 8 ਲੱਖ ਤੋਂ ਰੱਖਤੇ, ਗਾਂ 5 4 ਲੱਖ 3 ਲੱਖ ਦੇ ਗਾਂ ਅੰਡੇ। ਡਾਈ ਦੀ ਵੇਚ ਸੀ, 3 ਦੀ ਵੇਚ ਸੀ, 5 ਦੀ ਵੇਚ ਸੀ, ਜੇ ਇਸ ਤਰ੍ਹਾਂ ਦੀ ਗਾਂ ਹੋਵੇ? ਅਜੇ ਜੀ ਗਾਂ ਹੋਵੇ ਉਹ ਚਾਰੇ ਗਾਈ ਚਾਰ ਤੇ ਗਾਂ ਆਪਾਂ 18 ਤੋਂ 20 ਲੀਟਰ ਚੁਆ ਸਕਦੇ ਕਰੇ, ਕੋਈ ਮਰਜ਼ੀ ਆ। ਤ੍ਰਿਆ 12 ਹੈ। ਤ੍ਰਿਆ 12 ਹੈ। ਚੱਲ ਤੂੰ ਇਹ ਵੀ ਤਰੀਆ ਸੂਆ? ਹਾਂਜੀ। ਇਹ ਦੋ ਗਾਂ ਤਰੀਆ ਤਰੀਆ ਨੇ, ਉਹ ਗਾਂ ਦੂਜੇ ਨੇ, ਉਹ ਪਹਿਲੇ ਨੇ। ਆ ਦੂਜੇ ਨੂੰ ਬੱਗੀ ਨੂੰ ਵਿਖਾ ਤੇ ਪਹਿਲਾਂ ਨੂੰ ਫਿਰ ਵਿਖਾ ਲੈ। ਇਹ ਪਹਿਲਾਂ ਨੇ ਜੀ। ਇਹ ਦੂਜਾ ਸੂਆ? ਇਹ ਬਸਤੀ ਤੇਰੇ ਨਾਮ ਕੀ ਹੈ? ਬਸਤੀ ਬਲੋਚਾਲੀ ਤਿੰਨ ਕੀ ਜਾਣੀ ਤੇ ਨਾਲ ਮਦਰਸੇ ਤੇ ਕਿੰਨਾ ਪੈ ਜਾਂਦਾ ਤਕਰੀਬਨ? 5 ਕਿਲੋਮੀਟਰ ਦਾ। 5 ਕਿਲੋਮੀਟਰ? ਬੜਾ ਮੰਗਦੇ ਨੇ ਬੰਦੇ, ਆਦਾ ਰੇਟ ਬੜਾ ਮੰਗਦੇ ਨੇ ਗਾਈ ਵਾਲੇ ਬੰਦੇ ਯਾਰ ਤੁਸੀਂ। ਗਾਂ ਤਾਂ ਲੱਖ ਰੁਪਏ ਦੀ ਲੱਭ ਜਾਂਦੀ, ਗਾਂ ਗਾਂ ਦਾ ਫਰਕ। ਹਾਂ ਤੇ ਵੱਧ ਤੋਂ ਵੱਧ ਗਾਂ ਕਿੰਨੇ ਤੀਕਰ ਵਿਕਦੀ ਤੁਹਾਡੇ ਕੋਲ? ਮੇਰੇ ਕੋਲ ਗਾਂ ਤਾਂ 6-7 ਲੱਖ ਦੀ ਵਿਕਦੀ। 6-7 ਲੱਖ ਦੀ ਵਿਕਦੀ ਪਈ ਹੈ? ਇਹ ਬਲੋਚ ਦਾ ਨਾਮ ਚੱਲਦਾ ਹੈਗਾ ਨਾ ਤੇਰਾ? ਫਿਰ ਹੁਕਮ ਨਾ ਗਾਈ ਦੇ ਥਣ ਛੱਡੇ ਵੇਖ ਲੈ ਨਾ ਗਾਈ। ਇਹ ਮੇਲੇ ਛਲੇ, ਇਹ ਮੇਲੇ ਛਲੇ ਤੇ ਪਾਉਂਦਾ ਹੁੰਦਾ ਗਾਈ? ਇਨਸ਼ਾਅੱਲਾ 28 ਤਰੀਕ ਨੂੰ ਜਾਣਾ ਹੈ। 28 ਤਰੀਕ ਨੂੰ ਜਾਣਾ ਹੈ? ਕੋਈ ਗਾਈ ਜਿਹੜੀ ਘਰੇ ਤਿਆਰ ਹੋਈਆਂ ਖੜੀਆਂ ਜਾਈ ਜਾਂਦੇ? ਚਲੋ ਵਿਖਾਣਾ ਗਾਈ, ਚੈੱਕ ਕਰਵਾ ਬਸ। ਪਹਿਲਣ ਆ ਗਈ ਜੀ। ਉਹ ਗਾਂ ਦੂਆ ਸੁਆ ਆ ਗਈ। ਉਹ ਗਾਂ ਦੂਆ ਸੁਆ ਕਰ। ਇਹ ਫੈਲਣ ਵੈੜ ਹੈ ਜੀ। ਇਹ ਜੀ ਮਾਸ਼ਾਅੱਲਾ ਆਪਨੇ ਬਾਤਚੀਤ ਸੁਣ ਲਈ ਹੈ, ਬਸ਼ੀਰ ਬਲੋਚ ਚੱਕ ਨੰਬਰ 3 ਗਜਿਆਨੀ ਬਸਤੀ ਬਲੋਚਾਂ ਵਾਲੀ। ਇਸਕੀ ਆਪਕੋ ਸਾਦਾ ਸੀ ਮੈਂ ਲੋਕੇਸ਼ਨ ਬਤਾ ਦੂੰ ਕਿ ਇਹ ਮਦਰਸੇ ਮੰਡੀ ਸੇ ਸਿਰਫ 5 ਕਿਲੋਮੀਟਰ ਕੇ ਫਾਸਲੇ ਪੇ ਬੈਠੇ ਹੈਂ, ਔਰ ਅਨਾਮੀ ਕਰਾਮੀ ਇਨਕੇ ਪਾਸ ਗਾਈਆਂ ਹੋਤੀ ਹੈਂ, ਮੇਲੋ ਮੇਂ ਜਾਤੀ ਹੈਂ ਇਨਕੀ ਗਾਈਆਂ, ਬਸ਼ੀਰ ਬਲੋਚ ਕੀ। ਆਪਨੇ ਖੁਦ ਉਨਸੇ ਸੁਣਾ ਹੈ। ਬਾਕੀ ਆਪ ਸ਼ਾਹ ਮੁਹੰਮਦ ਕਾ ਨੰਬਰ ਸਕਰੀਨ ਕੇ ਉੱਪਰ ਹੈ, ਸ਼ਾਹ ਮੁਹੰਮਦ ਕਾ ਉੱਪਰ ਵਾਲਾ ਨੰਬਰ ਹੈ, ਔਰ ਨੀਚੇ ਵਾਲਾ ਉਨਕੇ ਭਾਈ ਕਾ ਨੰਬਰ ਹੈ।
आप इनके साथ कॉन्टैक्ट करें और इनके डेरे पर भी जा सकते हैं। आपको शाह मोहम्मद इनके डेरे में ले जाएगा रेवड़ में, वहाँ से आप अपने जाके डायरेक्ट डील बना सकते हैं, डायरेक्ट डील करें। शाह मोहम्मद दिल का बंदा बुरा नहीं है, बड़ा खरा, बड़ा साफ़ सुथरा और A1 काम करने वाला बंदा है। आपको एग्जैक्ट लोकेशन दे रहे हैं, आप इसी लोकेशन पे भी जा सकते हैं। ये जो बंदे का लोकेशन दे रहे हैं, ये अपने इलाके में बड़े मशहूर बंदा है, बशीर बलोच। आप इलाके में जाके किसी से भी नाम पूछें तो वो आपको इनके डेरे पर भी पहुँचा देंगे। आप डायरेक्ट भी डील कर सकते हैं, बाकी आसानी के लिए शाह मोहम्मद का नंबर है, ज़िम्मेदारी के साथ माल खरीद के देगा, ऑनलाइन भी पूरे पाकिस्तान में माल जाएगा। 5-6 गाइयाँ ली हैं शाह मोहम्मद ने। मज़ीद इनकी डिटेल और फाइनल प्राइस के लिए शाह मोहम्मद से रابطہ करें, वो आपको ऑनलाइन इंशाल्लाह आपके घरों तक माल पहुँचाएँगे।